ਪੋਲਿਟਿਕਸ ਵਿੱਚ ਮੈਂ ਕਦੇ ਨਹੀਂ ਆਵਾਂਗਾ ਇਹ ਮੈਂ ਕਦੇ ਕਹਿੰਦਾ ਨਹੀਂ ਜੀ, ਪਰ ਅਜੇ ਇੰਨਾ ਮੰਨਿਓ ਕਿ 2-4-5 ਸਾਲ 6 ਸਾਲ ਮੇਰਾ ਕੋਈ ਪਲਾਨ ਨਹੀਂ। ਮੇਰੇ ਕੋਲ ਮੇਰੇ ਪ੍ਰੋਜੈਕਟਸ ਇੰਨੇ ਪਏ ਨੇ ਜਿਹੜੇ ਮੇਰੇ ਡ੍ਰੀਮ ਪ੍ਰੋਜੈਕਟਸ ਨੇ ਅਜੇ ਤਾਂ ਉਹ ਪੂਰੇ ਕਰਨੇ ਆ ਜੀ, ਅੱਛੀਆਂ ਅੱਛੀਆਂ ਫਿਲਮਾਂ ਬਣਾਉਣੀਆਂ, ਇਹਨਾਂ ਚੋਂ ਕੁਛ ਪੂਰੇ ਵੀ ਹੋ ਰਹੇ ਆ। ਹੁਣੇ ਅਰਦਾਸ 3 ਖਤਮ ਕੀਤੀ ਹੈ ਤੇ ਹੁਣ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ ਜਿਸ ਤੇ ਮੈਂ ਕੰਮ ਅੱਜ ਕੱਲ ਕਰ ਰਿਹਾ, ਉਹ ਹੈ ਕੌਮਾ ਗਾਟਾ ਮਾਰੂ। ਉਹਦੇ ਚ ਬਾਬਾ ਗੁਰਦੇਵ ਸਿੰਘ ਜੀ ਦਾ ਰੋਲ ਕਰ ਰਿਹਾ ਮੈਂ, ਔਰ ਸਾਰੀ ਰਾਤ ਸ਼ੂਟਿੰਗ ਸਵੇਰੇ ਸੁੱਤਾ ਆ ਕੇ ਤੇ ਮੈਂ 2 ਵਜੇ ਉੱਠਣਾ ਹੁੰਦਾ, ਘਰਦਿਆਂ ਨੇ 12:30 ਠਾਤਾ, ਕਹਿੰਦੇ ਫੋਨ ਬੜੇ ਆਈ ਜਾਂਦੇ। ਤੇ ਜੇ ਮੈਂ ਕਿਤੇ ਜਾਣਾ ਆਉਣਾ ਹੁੰਦਾ ਤੇ ਮੈਂ ਫਿਰ ਘਰੇ ਸੁੱਤਾ ਨਾ ਹੁੰਦਾ ਜੀ, ਮੈਂ ਤਾਂ ਮਤਲਬ ਸ਼ਾਮੀ ਫੇਰ ਸ਼ੂਟ ਤੇ ਜਾਵਾਂਗਾ। ਤਸਵੀਰ ਜਿਹੜੀ ਤੁਸੀਂ ਦੇਖੀ ਉਹ ਤਸਵੀਰ ਮੈਂ ਹੁਣੇ ਦੇਖੀ ਜੀ ਉੱਠ ਕੇ। ਹਾਂਜੀ, ਕਈਆਂ ਦੋਸਤਾਂ ਨੇ ਪਾਈ ਸੀ, ਉਸ ਤਸਵੀਰ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਰ ਮੈਂ ਵੀ ਸਮਝਾਂਗਾ ਜੀ, ਅਜੇ ਤਾਂ ਮੈਂ ਦੇਖਾਂਗਾ, ਚੈੱਕ ਕਰਾਂਗਾ ਕਿੱਦਾਂ ਕਿਉਂ ਆ। ਬਾਕੀ ਮੈਂ ਹੈਰਾਨ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ, ਅੱਜ ਕੱਲ ਕੁਛ ਵੀ ਹੁੰਦਾ ਜੀ, ਸੋ ਨਾਟ ਅ ਬਿਗ ਡੀਲ। ਬਾਕੀ ਇਹ ਕੀ ਸੀਗਾ ਕਿਉਂ ਸੀ, ਆਈ ਵਿਲ ਚੈੱਕ ਇਟ ਆਊਟ ਜੀ। ਬਾਕੀ ਨਾ ਮੇਰੇ ਕੋਲ ਪੋਲਿਟਿਕਸ ਦੇ ਲਈ ਟਾਈਮ ਹੈ ਇਸ ਵੇਲੇ ਜੀ, ਨਾ ਕੋਈ ਰੁਚੀ ਹੈ, ਨਾ ਕੋਈ ਇੱਛਾ ਹੈ, ਨਾ ਕੋਈ। ਹਾਂ ਜੀ, ਮੈਂ ਜਾਣਾ ਹੁੰਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਹਰ ਪਾਰਟੀ ਅਪਰੋਚ ਕਰਦੀ ਹੈ, ਇੱਕ ਨਹੀਂ ਜੀ, ਹਰ ਪਾਰਟੀ ਨੂੰ ਬੰਦੇ ਚਾਹੀਦੇ ਨੇ, ਔਰ ਹਰ ਪਾਰਟੀ ਤੁਹਾਨੂੰ ਚਾਹੁੰਦੀ ਹੈ ਕਿ ਤੁਸੀਂ ਉਸਦੇ ਨਾਲ ਜੁੜੋ। ਤੇ ਮੇਰੇ ਪਰ ਆਪਣਾ ਪਰਸਨਲ ਰੁਝਾਨ ਨਹੀਂ ਹੈ ਜੀ, ਹੈਗਾ ਤੇ ਮੈਂ ਜ਼ਰੂਰ ਦੱਸਦਾ, ਔਰ ਚੋਰੀ ਕੋਈ ਨਹੀਂ ਹੁੰਦੀ। ਪੋਲਿਟਿਕਸ ਕਿਹੜਾ ਅੰਦਰ ਬਹਿ ਕੇ ਹੋ ਜਾਂਦੀ ਹੈ, ਕੋਈ ਤੁਸੀਂ ਬੈਠਕ ਚ ਬਹਿ ਕੇ ਅੰਦਰ ਹੀ ਕਰ ਰਹੀ, ਰਸੋਈ ਚ ਬਹਿ ਕੇ ਬਾਹਰ ਪਤਾ ਨਹੀਂ ਲੱਗਾ ਕਿਸੇ ਨੂੰ ਜੀ। ਦੋ ਚੀਜ਼ਾਂ ਨੇ ਗੁਰਪ੍ਰੀਤ ਜੀ, ਇੱਕ ਤਾਂ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਇਹ ਤਸਵੀਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਕਿਸੇ ਨੇ ਐਸੇ ਹੀ ਬਣਾ ਦਿੱਤੀ ਹੈ। ਬਿਲਕੁਲ ਭਾਜੀ, ਕੱਲ ਨੂੰ ਪਤਾ ਨੀ ਕੀ, ਕੱਲ ਨੂੰ ਕੋਈ ਹੋਰ ਵੀ ਬਣਾ ਦੇਗਾ ਜੀ। ਸੋਸ਼ਲ ਮੀਡੀਆ ਨਾਲ ਕੋਈ ਅਥੈਂਟਿਸਿਟੀ ਨਹੀਂ, ਕੋਈ ਇਹਦੀ ਗਰੰਟੀ ਨਹੀਂ ਹੁੰਦੀ ਜੀ। ਦੂਸਰਾ, ਬੀਜੇਪੀ ਨੇ ਸੰਪਰਕ ਕੀਤਾ ਸੀ ਜਾਂ ਬੀਜੇਪੀ ਨੇ ਕਿਸੇ ਲੀਡਰ ਨੇ ਕਿਹਾ ਸੀ ਕਿ 19 ਤਰੀਕ ਨੂੰ ਸਾਡੇ ਇਸ ਜਗ੍ਹਾ ਤੇ ਪਹੁੰਚੋ ਜਾਂ ਇਸ ਪ੍ਰੋਗਰਾਮ ਚ ਪਹੁੰਚੋ, ਕਿਉਂਕਿ ਮੇਘਵਾਲ ਹੋਰਾਂ ਦੀ ਵੀ ਤਸਵੀਰ ਲੱਗੀ ਹੈ, ਬੀਨੂ ਢਿੱਲੋਂ ਹੋਰਾਂ ਦੀ ਵੀ ਤਸਵੀਰ ਲੱਗੀ ਹੈ। ਭਾਜੀ, ਮੈਂ ਜੇ ਹੁੰਦਾ ਇਸ ਤਰ੍ਹਾਂ ਦਾ ਕੋਈ ਸੰਪਰਕ ਹੁੰਦਾ ਜਾਂ ਕੋਈ, ਫਿਰ ਇਹਦਾ ਮਤਲਬ ਅਸੀਂ ਅਸ਼ੋਰ ਕੀਤਾ ਹੁੰਦਾ ਜੀ, ਫਿਰ ਅਸ਼ੋਰ ਕੀਤਾ ਹੁੰਦਾ ਤੁਸੀਂ ਉੱਧਰ ਨੂੰ ਗਏ ਹੁੰਦੇ ਜਾਂਦੇ ਜੀ 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 ਜੀ। ਸੋ ਇਹ ਕਿੱਥੇ ਕੀ ਚੱਕਰ ਹੈ, ਕੌਣ ਕਿਉਂ ਕੀ ਕਰਦਾ, ਇਹਦੇ ਬਾਰੇ ਤਾਂ ਜਵਾਬ ਦਿੱਤਾ ਹੀ ਨਹੀਂ ਜਾ ਸਕਦਾ ਨਾ ਜੀ, ਕਿਉਂਕਿ ਤੁਹਾਡੇ ਨਾਲ ਬੀਨੂ ਢਿੱਲੋਂ ਦੀ ਵੀ ਤਸਵੀਰ ਲੱਗੀ ਸੀ, ਤੁਹਾਡੀ ਆਪਸ ਚ ਗੱਲਬਾਤ ਹੋਈ ਕਿ ਇਹ ਕਿੱਥੋਂ ਕਿਵੇਂ ਤਸਵੀਰ ਲੱਗੀ? ਮੈਂ ਤੁਹਾਨੂੰ ਦੱਸਿਆ ਲੇਟ ਉੱਠਿਆ ਜੀ, ਮੈਂ ਜਦੋਂ ਦਾ ਉੱਠਿਆ ਨਾ, ਹਾਂ ਤੇ ਮੈਂ ਬਸ ਜਰਨਲਿਸਟ ਵੀਰਾਂ ਭੈਣਾਂ ਨਾਲ ਹੀ ਗੱਲ ਕਰ ਰਿਹਾ, ਜਾਂ ਜਿਹੜੇ ਸਨੇਹੀ ਸੱਜਣਾਂ ਦੇ ਫੋਨ ਆਉਂਦੇ ਨੇ, ਕਿਸੇ ਦਾ ਮੈਸੇਜ ਆਇਆ ਹੋਇਆ, ਉੱਥੇ ਲੱਗਾ ਹੋਇਆ। ਬੀਨੂ ਵੀ ਜਾ ਰਿਹਾ ਹੁੰਦਾ ਤਾਂ ਮੈਨੂੰ ਜ਼ਰੂਰ ਪਤਾ ਹੋਣਾ ਸੀ ਜੀ, ਤੇ ਸਾਡੀ ਇਸ ਕਰਕੇ ਸ਼ਾਇਦ ਗੱਲ ਹੋਈ ਹੁੰਦੀ, ਤਾਂ ਅਸੀਂ ਪਹਿਲਾਂ ਹੀ ਇਹਨੂੰ ਕਲੈਰੀਫਾਈ ਵੀ ਕਰ ਦਿੰਦੇ। ਮੈਨੂੰ ਲੱਗਦਾ ਬੀਨੂ ਨੂੰ ਵੀ ਇਹ ਸਰਪ੍ਰਾਈਜ਼ ਹੀ ਮਿਲਿਆ ਹੋਣਾ ਜੀ। ਸ਼ੋਰ ਦੂਸਰਾ ਇਹ ਕਿ ਜਿਹੜਾ ਵਾ ਭਾਜਪਾ ਦੇ ਲੀਡਰਾਂ ਨੇ ਵੈਸੇ ਕੋਈ ਸੰਪਰਕ ਤੁਹਾਡੇ ਨਾਲ ਕਦੀ ਕੀਤਾ, ਕਦੀ ਕਿਹਾ ਕਿ ਆ ਜਾਓ ਪਾਰਟੀ ਸ਼ਾਮਿਲ ਹੋ ਜਾਓ? ਸਰ, ਜੇ ਤੁਸੀਂ ਇਹ ਗੱਲ ਕਰਦੇ ਹੋ, ਭਾਜਪਾ ਕਹਿ ਲਓ, ਅਕਾਲੀ ਦਲ ਕਹਿ ਲਓ, ਆਮ ਆਦਮੀ ਪਾਰਟੀ ਕਹਿ ਲਓ, ਕਾਂਗਰਸ ਕਹਿ ਲਓ, ਦੁਨੀਆ ਕੌਣ ਇਸ ਮੌਸਮ ਦੇ ਵਿੱਚ ਕੌਣ ਕਿਹਨੂੰ ਅਪਰੋਚ ਨਹੀਂ ਕਰਦਾ ਜੀ? ਜਿਹੜੇ ਬੰਦਿਆਂ ਤੇ ਉਮੀਦ ਹੁੰਦੀ ਹੈ ਕਿ ਸਾਡੇ ਲਈ ਕੰਮ ਕਰ ਸਕਦੇ ਨੇ ਜਾਂ ਜਿਨ੍ਹਾਂ ਦੀ ਵੈਲਿਊ ਬਣ ਸਕਦੀ, ਸਾਰੇ ਅਪਰੋਚ ਕਰਦੇ ਨੇ ਜੀ। ਆਪਾਂ ਕਿਸੇ ਨੂੰ ਅੱਗੋਂ ਲੜ ਨਹੀਂ ਸਕਦੇ ਨਾ, ਤੁਸੀਂ ਕਿਉਂ ਅਪਰੋਚ ਕੀਤਾ ਸਾਨੂੰ ਜੀ? ਪਰ ਜੇ ਮੈਂ ਆਉਣਾ ਹੁੰਦਾ ਤੇ ਮੈਂ ਜ਼ਰੂਰ ਕਿਸੇ ਵੀ ਪਾਸੇ ਜ਼ਰੂਰ ਆਉਂਦਾ ਜੀ, ਪਰ ਧਿਆਨ ਹੀ ਨਹੀਂ ਹੈ ਪੋਲਿਟਿਕਸ ਵੱਲ, ਇੰਨਾ ਕੁ ਸਾਂਝ ਹੈਗੀ ਪੋਲਿਟਿਕਸ ਨਾਲ ਕਿ ਵੋਟ ਪਾਉਣ ਜ਼ਰੂਰ ਜਾਣਾ, ਔਰ ਮੈਂ ਸਾਰੇ ਨੂੰ ਕਹਾਂਗਾ ਜ਼ਰੂਰ ਪਾਓ ਜੀ, ਚੰਗੇ ਬੰਦੇ ਚੁਣ ਕੇ, ਕਿਉਂਕਿ ਤੁਸੀਂ ਸਿਆਸਤ ਦਾ ਤਜਰਬਾ ਦੇਖ ਚੁੱਕੇ ਹੋ, ਉਹ ਤਜਰਬਾ ਤੁਹਾਡੇ ਲਈ ਚੰਗਾ ਨਹੀਂ ਰਿਹਾ।
ਨਹੀਂ ਸਿਆਸਤ ਦਾ ਤਜਰਬਾ ਮੈਨੂੰ ਬੁਰਾ ਨਹੀਂ ਹੋਇਆ, ਜੀ ਮੈਨੂੰ ਸਿਰਫ ਇਹ ਸੀਗਾ ਕਿ ਮੇਰੇ ਕੋਲ ਟਾਈਮ ਹੀ ਨਹੀਂ, ਮੈਂ ਇਹ ਬਾਅਦ ਚ ਮੈਨੂੰ ਲੇਟ ਸਮਝ ਆਈ ਕਿ 100% ਫੁੱਲ ਟਾਈਮ ਜੋਬ ਹੈ ਜੀ, ਔਰ ਇਹਦੇ ਵਿੱਚ ਤੁਹਾਨੂੰ ਬਹੁਤ ਕੁਛ ਸੋਚਣਾ ਕਰਨਾ ਪੈਂਦਾ ਜਿਹੜਾ ਕਈ ਵਾਰੀ ਤੁਹਾਨੂੰ ਨਹੀਂ ਸਮਝ ਆ ਰਿਹਾ ਹੁੰਦਾ ਵੀ ਕਿਉਂ ਆ ਕਿੱਦਾਂ ਜੀ। ਤੇ ਸਿਆਸਤ ਦਾ ਤਜਰਬਾ ਦੁਬਾਰਾ ਲੈਣਾ ਚਾਹੋਗੇ ਕਦੀ 4-5 ਸਾਲਾਂ ਬਾਅਦ ਜਾਂ ਕਦੀ ਜੀ ਕਿੱਦਾਂ? ਮੈਂ ਕਿਹਾ ਜੀ ਮੈਂ ਮਤਲਬ ਆ 5-4 ਸਾਲ ਦਾ ਤਾਂ ਮੇਰੇ ਕੋਲ ਆਪਣਾ ਏਜੰਡਾ ਕੰਮ ਦਾ ਹੀ ਬਹੁਤ ਹੈ ਜੀ, ਠੀਕ ਹੈ। ਉਸ ਦਾ 10 ਸਾਲ ਬਾਅਦ 15 ਸਾਲ ਬਾਅਦ ਕਦੇ ਮੇਰਾ ਮਨ ਕਰੇ ਅੱਛੇ ਲੋਕ ਜੁੜਦੇ ਹੋਣ, ਅੱਛੇ ਲੋਕਾਂ ਦੀ ਕਿਹੜੇ ਖਿੱਤੇ ਨੂੰ ਲੋਕ ਨਹੀਂ ਹੁੰਦਾ, ਲੋੜ ਨਹੀਂ ਹੁੰਦੀ ਜੀ। ਜੀ ਪੋਲੀਟਿਕਸ ਬੁਰੀ ਥੋੜਾ ਜੀ, ਪੋਲੀਟੀਸ਼ੀਅਨਸ ਬੁਰੇ ਨੇ ਵਿੱਚ ਕਈ ਜੀ। ਜਦੋਂ ਕੋਈ ਚੰਗਾ ਗਰੁੱਪ ਚੰਗੀ ਸੰਸਥਾ ਜੁੜਦੀ ਹੋਏਗੀ ਉਹਦੇ ਚ ਜੇ ਮੈਂ ਬਾਹਰੋਂ ਬੈਠ ਕੇ ਕੰਟਰੀਬਿਊਟ ਕਰ ਸਕਦਾ ਹਾਂ ਤਾਂ ਵੀ ਕਰਾਂਗਾ, ਵਿਚਾਰਧਾਰਕ ਤੌਰ ਤੇ ਫਿਜ਼ੀਕਲੀ ਵੀ ਕਦੇ ਜੁੜਨਾ ਪਿਆ ਤੇ ਕੋਈ ਇਹਦੇ ਚ ਸਹੁੰ ਨਹੀਂ ਖਾਧੀ, ਕਿਉਂਕਿ ਇਹ ਕੋਈ ਕੁਕਰਮ ਨਹੀਂ ਹੈ ਜੀ, ਹਨਾ। ਇਹਦੇ ਚ ਚੰਗਾ ਕਰਮ ਨਹੀਂ ਲੋਕ ਕਰਦੇ, ਇਹ ਮਾੜੀ ਗੱਲ ਹੈ। ਕਿਉਂਕਿ ਤੁਹਾਡੀ ਤਸਵੀਰ ਲੱਗੀ ਹੈ ਤਾਂ ਤੁਸੀਂ ਕੰਪਲੇਂਟ ਕਰੋਗੇ, ਸ਼ਿਕਾਇਤ ਕਰੋਗੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਵਾ, ਜਾਂ ਇਹਨੂੰ ਇਗਨੋਰ ਕਰੋਗੇ? ਇਹਨੂੰ ਇਗਨੋਰ ਕਰਨਾ ਚਾਹੀਦਾ, ਸ਼ਿਕਾਇਤ ਕਰਨਾ ਮਤਲਬ ਤੁਸੀਂ ਤੁਹਾਨੂੰ ਹਵਾ ਦੇ ਰਹੇ ਹੋ, ਹੋਰ ਵੱਡਾ ਸਕੈਂਡਲ ਬਣ ਰਹਾ ਕਰ ਰਹੇ ਹੋ, ਇਹ ਤੁਹਾਨੂੰ ਲੱਗਦਾ ਐਡੀ ਵੱਡੀ ਗੱਲ ਹੈਗੀ ਹੈ?